ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਤਵਲੀਨ ਕੌਰ ਅਤੇ ਤੁਸੀਂ ਵੇਖ ਰਹੇ ਹੋ ਸਟ੍ਰੇਟ ਲਾਈਨ ਨਿਊਜ਼। ਸੁਣਨ 'ਚ ਇਹ ਆਇਆ ਕਿ ਜੰਮੂ 'ਚ 2021 'ਚ ਚੋਣਾਂ ਹੋਣ ਜਾ ਰਹੀਆਂ ਅਤੇ ਬੜੀ ਚੰਗੀ ਗੱਲ ਹੈ। ਗੱਲ ਤਾਂ ਚੰਗੀ ਹੋਣੀ ਕਿਉਂਕਿ ਜੰਮੂ ਦੀ ਜਨਤਾ ਜਿਹੜੀ ਹੈ ਨਾ ਉਹ ਅੱਕੀ ਪਈ ਹੈ ਇਹਨਾਂ ਬਾਬੂਆਂ ਦੇ ਰਾਜ ਤੋਂ। ਦੇਖਿਆ ਹੋਣਾ ਤੁਸੀਂ ਵੀ ਸਾਡੇ ਆਪਣੇ ਡੀਸੀ ਸਾਹਿਬ ਜੀ, ਸਾਡੀ ਜੰਮੂ ਦੀ ਜਨਤਾ ਉੱਥੇ ਧਰਨੇ ਲਾ ਲਾ ਕੇ ਆ ਰਹੀ ਹੈ ਪਰ ਉਹ ਦਰਵਾਜ਼ੇ ਨਹੀਂ ਖੁੱਲ੍ਹ ਰਹੇ ਅਤੇ ਜੰਮੂ ਦੀ ਜਨਤਾ ਅੱਕੀ ਹੀ ਪਈ ਹੈ। ਅਤੇ ਇਸ ਕਰਕੇ ਉਹ ਮਤਲਬ ਖੁਸ਼ੀ ਹੁੰਦੀ ਹੈ ਕਿ ਚਲੋ 2021 'ਚ ਚੁਣਾਵ ਹੋਣਗੇ, ਕੁਛ ਨਵਾਂ ਕੋਈ ਆਸਾਰ, ਕੋਈ ਇੱਕ ਜਿਹੜਾ ਕਹਿੰਦੇ ਹੋਪ ਬੰਦੇ ਨੂੰ ਆਏਗੀ ਅਤੇ ਸਾਰੇ ਖੁਸ਼ ਹਨ ਇਸ ਚੀਜ਼ ਤੋਂ। ਅਤੇ ਗੱਲ ਸਾਨੂੰ ਇਹ ਕਿੱਥੋਂ ਪਤਾ ਚੱਲੀ ਹੈ, ਮੈਂ ਤੁਹਾਨੂੰ ਦੱਸਦਾ। BJP ਦੇ ਜਿਹੜੇ ਹਨ ਜਨਰਲ ਸੈਕਟਰੀ ਅਸ਼ੋਕ ਕੌਲ, ਉਹਨਾਂ ਨੇ ਕਿਹਾ ਅਤੇ ਉਹ ਜੋ ਹਨ ਅਤੇ ਉਹ ਗੱਲ ਦੇ ਬੜੇ ਪੱਕੇ ਨੇ, ਜੋ ਵੀ ਉਹ ਗੱਲ ਕਰਦੇ ਨੇ ਬੜੀ ਪੱਕੀ ਗੱਲ ਕਰਦੇ ਨੇ ਅਤੇ ਮੈਨੂੰ ਉਮੀਦ ਹੀ ਹੈ ਕਿ 2021 'ਚ ਜਿਹੜੀਆਂ ਚੋਣਾਂ ਹੋ ਹੀ ਜਾਣੀਆਂ। ਪਰ ਮੈਂ ਇੱਕ ਗੱਲ ਨੂੰ ਲੈ ਕੇ ਨਾ ਬੜੀ ਕਨਫਿਊਜ਼ ਹਾਂ ਅਤੇ ਮੈਂ ਥੋੜ੍ਹੀ ਸੋਚ ਰਹੀ ਹਾਂ ਕਿ BJP ਦੇ ਖਿਲਾਫ ਉਤਰੇਗਾ ਕੌਣ ਮੈਦਾਨ 'ਚ। ਜੇ ਮੈਂ ਗੱਲ ਕਰਾਂ ਆਪਣੀ ਕਾਂਗਰਸ ਦੀ, ਤਾਂ ਕਾਂਗਰਸ 'ਚ ਜਿਹੜੇ ਅੱਧੇ ਨੇਤਾ ਤਾਂ ਜੰਮੂ ਕਸ਼ਮੀਰ ਆਪਣੀ ਪਾਰਟੀ 'ਚ ਟੁਰ ਗਏ ਅਤੇ ਜਿਹੜੇ ਅੱਧੇ ਬਚੇ ਤਾਂ ਉਹ BJP 'ਚ ਟੁਰ ਗਏ ਅਤੇ ਜਿਹੜੇ ਅੱਧੇ ਬਚੇ ਤਾਂ ਉਹ ਬੋਲਦੇ ਹੀ ਨਹੀਂ, ਹੈ ਨਾ। ਅਤੇ ਫਿਰ ਹੁਣ ਮੈਂ ਨੈਸ਼ਨਲ ਲੈਵਲ 'ਤੇ ਮੈਂ ਜੇ ਗੱਲ ਕਰਾਂ ਤਾਂ ਚਲੋ ਉਹ ਬੋਲ ਰਹੇ ਨੇ ਨੈਸ਼ਨਲ ਲੈਵਲ 'ਤੇ, ਫਿਰ ਥੋੜ੍ਹੀ ਬਹੁਤ ਕਾਂਗਰਸ ਪਾਰਟੀ ਜਿਹੜੀ ਹੈ ਉਹ ਥੋੜ੍ਹੀ ਬਹੁਤ ਐਫਰਟ ਕਰ ਰਹੀ ਹੈ ਅਤੇ ਪਰ ਜੰਮੂ 'ਚ ਜਿਹੜਾ ਮੈਨੂੰ ਇਹਨਾਂ ਦਾ ਫਿਊਚਰ ਲੱਗ ਰਿਹਾ ਨਾ, ਪੂਰਾ ਡਾਰਕ ਡਾਰਕ ਹੀ ਲੱਗ ਰਿਹਾ, ਅੱਗੇ ਪਿੱਛੇ ਡਾਰਕ ਡਾਰਕ ਹੀ ਹੈ ਅਤੇ ਕਾਂਗਰਸ ਤੋਂ। ਮੈਂ ਹੁਣ ਜੇ ਮੈਂ ਗੱਲ ਕਰਾਂ PDP ਦੀ, ਕੱਲ੍ਹ ਹੀ ਅਸੀਂ ਇੱਕ ਵੀਡੀਓ ਪਾਈ ਸੀ ਕਿ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਅਸੀਂ ਗਏ ਅਤੇ ਉੱਥੇ ਤਾਂ ਕੋਈ ਪਰਿੰਦਾ ਵੀ ਫਰ ਜਿਹੜਾ ਹੀ ਮਾਰਦਾ ਲੱਭਿਆ ਨਹੀਂ ਸਾਨੂੰ, ਕਿਉਂਕਿ ਉਹਨਾਂ ਦੀ ਜਿਹੜੀ ਨੇਤਾ ਜੀ ਹਨ, ਜਿਹੜੀ ਉਹਨਾਂ ਦੀ ਮੈਡਮ ਜੀ ਜਿਹੜੇ ਹਨ, ਉਹ ਤੁਹਾਨੂੰ ਪਤਾ PSA ਦੇ ਥਰੂ ਅੰਦਰ ਨਾ ਅਤੇ ਹਾਲੇ ਤੱਕ ਬਾਹਰ ਨਹੀਂ ਆਏ। ਜਦੋਂ ਤੱਕ ਉਹਨਾਂ ਨੇ ਰਾਜਨੀਤੀ ਕੀਤੀ ਤਾਂ ਉਹ ਤਾਂ ਕਹਿੰਦੇ ਸੀ 370 ਹਟਣ ਨਹੀਂ ਦੇਣਾ, ਨਦੀਆਂ ਵਹਾ ਦਾਂਗੇ ਇੱਥੇ ਖੂਨ ਦੀਆਂ, ਅਤੇ ਚਲੋ ਹੁਣ ਹੋਇਆ ਕੁਛ ਨਹੀਂ ਤਾਂ ਉਹ ਬਾਹਰ ਨਹੀਂ ਆ ਰਹੇ। ਐਸੀ ਗੱਲ ਨਹੀਂ ਹੈ ਕਿ PDP 'ਚ ਹੋਰ ਕੋਈ ਨੇਤਾ ਨਹੀਂ ਹੋਣੇ, ਹੋਣੇ ਨੇਤਾ ਕਿਉਂਕਿ 4-5 ਤਾਂ ਹੈਨ, ਤੁਹਾਨੂੰ ਵੀ ਖੁਦ ਪਤਾ, ਹੁਣ ਮੈਨੂੰ ਐਗਜੈਕਟ ਨਹੀਂ ਪਤਾ ਕਿੰਨੇ ਨਾ, ਪਰ ਜਿੰਨੇ ਵੀ ਹੈਨ ਪਰ ਉਹ ਕੋਈ ਬੋਲਦਾ ਹੀ ਨਹੀਂ। ਉਹ ਤਾਂ ਆਫਿਸ ਹੀ ਨਹੀਂ ਆਉਂਦੇ, ਉਹ ਸ਼ਾਇਦ ਵੇਟ ਕਰ ਰਹੇ ਨੇ ਮੈਡਮ ਜੀ ਬਾਹਰ ਆਉਣਗੇ ਅਤੇ ਮੈਡਮ ਜੀ ਕੁਛ ਬੋਲਣਗੇ ਅਤੇ ਫਿਰ ਅਸੀਂ ਬੋਲਾਂਗੇ। ਅਤੇ ਜੇ ਮੈਂ ਗੱਲ ਕਰਾਂ ਨੈਸ਼ਨਲ ਕਾਨਫਰੰਸ ਜਿਨ੍ਹਾਂ ਨੇ ਪੂਰੀ ਉਮਰ ਨਾ 370 ਅਤੇ 35 'ਤੇ ਰਾਜਨੀਤੀ ਕੀਤੀ, ਸਟੇਟਸਾਂ 'ਤੇ ਇਹਨਾਂ ਨੇ ਰਾਜਨੀਤੀ ਕੀਤੀ, ਅਤੇ ਹੁਣ ਮੈਨੂੰ ਲੱਗਦਾ ਇਹ ਨਾ ਸੋਚਣ 'ਚ ਲੱਗੇ ਹੋਏ ਨੇ ਕਿ ਹੁਣ ਕਿਹੜੀ ਚੀਜ਼ ਹੈ, ਕਿਹੜਾ ਸਟੇਟਸ ਜਿਹੜਾ ਹੀ ਬਾਹਰ ਕੱਢ ਕੇ ਲੈ ਕੇ ਆਈਏ ਅਤੇ ਫਿਰ ਰਾਜਨੀਤੀ ਕਰੀਏ। ਅਤੇ ਮੈਨੂੰ ਲੱਗਦਾ ਇਹਨਾਂ ਨੂੰ ਡਰ ਵੀ ਹੋਣਾ, ਡਰ ਇਹ ਹੋਣਾ ਕਿ ਸਪੋਜ਼ ਕਰੋ ਕੋਈ ਨੇਤਾ ਇਹਨਾਂ ਦਾ ਜਿਹੜਾ ਹੈ ਉਹ ਨਾ ਕੰਧ ਚਾੜ ਰਿਹਾ ਹੋਵੇ, ਅਤੇ ਜੇ ਪਤਾ ਚੱਲ ਜਾਏ BJP ਵਾਲਿਆਂ ਨੂੰ, ਅਤੇ ਕਿਤੇ BJP ਵਾਲੇ ਆ ਕੇ ਉਹ ਵੀ ਨਾ ਹਟਾ ਦੇਣ ਇਹਨਾਂ ਦੀ ਕੰਧ। ਅਤੇ ਇਸ ਕਰਕੇ ਥੋੜ੍ਹਾ ਮੈਨੂੰ ਲੱਗਦਾ ਸਤਰਕ ਹੋ ਰਹੇ ਨੇ ਕਿ ਕੋਈ ਚੀਜ਼ਾਂ ਬਾਹਰ ਨਹੀਂ ਕੱਢ ਕੇ ਲੈ ਕੇ ਆਈਏ, ਕਿਤੇ BJP ਵਾਲੇ ਪੈ ਕੇ ਤਾਂ ਉਹਨਾਂ ਨੂੰ ਵੀ ਹਟਾ ਨਾ ਦੇਣ। ਅਤੇ ਹੁਣ ਮੈਂ ਗੱਲ ਕਰਾਂ ਜੰਮੂ ਕਸ਼ਮੀਰ ਨੈਸ਼ਨਲ ਪੈਂਥਰਸ ਪਾਰਟੀ ਦੀ, ਅਤੇ ਉਹ ਵਿਚਾਰੇ ਬੋਲਦੇ ਨੇ, ਥੋੜ੍ਹਾ ਬਹੁਤ ਬੋਲਦੇ ਨੇ ਜੇ, ਪਰ ਇੱਕ ਪ੍ਰੋਬਲਮ ਹੈ, ਉਹ ਜਿੱਥੇ ਵੀ ਜਾਂਦੇ ਹਨ ਨਾ, ਚਾਹੇ ਕੋਈ ਧਰਨਾ ਕਰਨ ਜਾਂਦੇ ਹਨ, ਚਾਹੇ ਉਹ ਕੋਈ ਰੈਲੀ ਲਾਉਣ ਜਾਂਦੇ ਹਨ, ਤਾਂ ਪੁਲਿਸ ਨਾਲ ਨਾਲ ਹੀ ਟੁਰ ਪੈਂਦੀ ਉਹਨਾਂ ਦੇ। ਅਤੇ ਜੇ ਕੋਈ ਉਹ ਪੁਤਲਾ ਫੂਕਦੇ ਹਨ ਤਾਂ ਪੁਲਿਸ ਫਿਰ ਨਾਲ ਆ ਜਾਂਦੀ, ਉਹ ਵੀ ਕਰਨ ਤਾਂ ਕੀ ਕਰਨ। ਹੁਣ ਮੈਂ ਬਹੁਤ ਕਨਫਿਊਜ਼ ਹਾਂ ਕਿ ਹੁਣ 2021 'ਚ ਜਦੋਂ ਚੋਣਾਂ ਹੋਣਗੀਆਂ ਤਾਂ BJP ਦੇ ਖਿਲਾਫ ਲੜੇਗਾ ਕੌਣ, ਅਤੇ ਮਤਲਬ ਮੈਦਾਨ 'ਚ ਕੌਣ ਉਤਰੇਗਾ, ਇਸ ਚੀਜ਼ ਨੂੰ ਲੈ ਕੇ ਮੈਂ ਬਹੁਤ ਕਨਫਿਊਜ਼ ਹਾਂ। ਅੱਛਾ, ਰੁਕੋ, ਮੈਂ ਤਾਂ ਭੁੱਲ ਹੀ ਗਈ ਜੰਮੂ ਕਸ਼ਮੀਰ ਆਪਣੀ ਪਾਰਟੀ ਨੂੰ, ਨਵੀਂ ਆਈ ਸਾਡੀ ਪਾਰਟੀ, ਬੜੇ ਸਾਰੇ ਲੋਕ ਨੇ ਜਿਹੜੇ ਨੇ ਉਹਨਾਂ 'ਚ ਜਾ ਰਹੇ ਨੇ ਆਪਣੀ ਪਾਰਟੀ 'ਚ, ਬਹੁਤ ਸਾਰੇ ਲੋਕ ਜਾ ਰਹੇ ਨੇ। ਪਰ ਮੈਂ ਇੱਕ ਗੱਲ ਤੁਸੀਂ ਵੀ ਨੋਟ ਕੀਤੀ ਹੋਣੀ, ਅਸੀਂ ਨਾ ਇੱਕ ਵੀਡੀਓ ਬਣਾਈ ਸੀ ਉਹਨਾਂ ਦੀ, ਉਹਨਾਂ ਨੇ ਨਾ ਆਪਣਾ ਦਫ਼ਤਰ ਨਾ ਰਵਿੰਦਰ ਰੈਨਾ ਜੋ BJP ਦੇ ਨੇ, ਉਹਨਾਂ ਦੇ ਬੂਹੇ ਦੇ ਸਾਹਮਣੇ ਬਿਲਕੁਲ ਸਾਹਮਣੇ ਰੱਖਿਆ ਹੋਇਆ, ਮਤਲਬ ਗੁਆਂਢ 'ਤੇ ਰੱਖਿਆ ਹੋਇਆ। ਇਹ ਉਹੀ ਗੱਲ ਹੈਗੀ ਨਾ, ਗੁਆਂਢੀ ਦਾ ਖਿਆਲ ਗੁਆਂਢੀ ਰੱਖ ਰਿਹਾ। ਪਰ ਮੈਨੂੰ ਇਹ ਦੇਖਣਾ ਹੋਏਗਾ ਹੁਣ ਕਿ ਜਿਹੜੀਆਂ ਚੋਣਾਂ ਹੋਣੀਆਂ ਨੇ ਇਹਦੇ ਵਿੱਚ ਛੜਾ ਗੁਆਂਢੀ ਜਾਏਗਾ ਜਾਂ ਫਿਰ ਜਿਹੜੀ ਜੰਮੂ ਕਸ਼ਮੀਰ ਦੀ ਜੰਮੂ ਦੀ ਜਿਹੜੀ ਅੱਗੇ ਪਿੱਛੇ ਵਾਲੀ ਜਨਤਾ ਉਹ ਵੀ ਜਾਏਗੀ, ਹੁਣ ਦੇਖਣਾ ਤਾਂ ਇਹ ਹੋਏਗਾ। ਅਤੇ ਤੁਸੀਂ ਵੀ ਮੈਨੂੰ ਸੁਣਾਇਓ ਕਮੈਂਟਾਂ 'ਚ ਕਿ ਚੁਣਾਵ ਜਿਹੜਾ ਹੈ ਉਹ ਕੌਣ ਕੌਣ ਲੜ ਰਿਹਾ।